ਫਾਜ਼ਿਲਕਾ 'ਚ ਨਹੀਂ ਰੁਕ ਰਿਹਾ ਚੋਰੀਆਂ ਦਾ ਸਿਲਸਿਲਾ। ਬੀਤੀ ਰਾਤ ਰੋਡ ਐਵਨਿਊ ਦੇ ਬੰਦ ਪਏ ਘਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ। ਵੱਡੀ ਮਾਤਰਾ 'ਚ ਲੈ ਗਏ ਸਮਾਨ ਆਪਣੇ ਨਾਲ। ਤੁਹਾਨੂੰ ਦਿਖਾ ਰਿਹਾ ਤਸਵੀਰਾਂ ਕਿਸ ਤਰ੍ਹਾਂ ਗੇਟ ਦਾ ਤਾਲਾ ਤੋੜ ਕੇ ਰਾਤ ਚੋਰ ਵੜੇ ਅੰਦਰ ਅਤੇ ਘਰ ਤੋਂ ਲੈ ਗਏ ਲੱਖਾਂ ਰੁਪਏ ਦਾ ਸਮਾਨ। ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 'ਚ ਰੋਡ ਐਵਨਿਊ ਕਲੋਨੀ, ਜਿੱਥੇ ਕਿ ਘਰ ਦੇ ਮਾਲਕ ਗਏ ਹੋਏ ਸੀ ਬਾਹਰ ਅਤੇ ਪਿੱਛੋਂ ਚੋਰਾਂ ਨੇ ਬਣਾਇਆ ਨਿਸ਼ਾਨਾ। ਤੁਹਾਨੂੰ ਦਿਖਾ ਰਿਹਾ ਕਿਸ ਤਰ੍ਹਾਂ ਘਰ ਦਾ ਬਿਖਰਿਆ ਪਿਆ ਸਮਾਨ। ਚੋਰਾਂ ਨੇ ਇੱਕ ਇੱਕ ਚੀਜ਼ ਖਿਲਾਰੀ, ਸਾਰੇ ਘਰ ਦਾ ਸਮਾਨ ਬਿਖੇਰਿਆ, ਜਿਹੜਾ ਕੀਮਤੀ ਸਮਾਨ ਲੈ ਗਏ ਆਪਦੇ ਨਾਲ। ਤਸਵੀਰਾਂ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ ਦੇ ਰੋਜ਼ ਐਵਨਿਊ ਕਲੋਨੀ, ਜਿੱਥੇ ਘਰ ਦੇ ਮਾਲਕ ਗਏ ਹੋਏ ਸੀ ਬਾਹਰ ਪਿੱਛੋਂ ਚੋਰਾਂ ਨੇ ਬਣਾਇਆ ਨਿਸ਼ਾਨਾ। ਕੀ ਨਾਮ ਹੈ ਤੁਹਾਡਾ ਜੀ? ਹਰਪਾਲ ਸਿੰਘ। ਕਿੱਥੋਂ ਦੇ ਵਾਸੀ ਹੋ? ਇੱਥੇ ਫਾਜ਼ਿਲਕਾ ਲੋਕਲ, ਰੋਜ਼ ਐਵਨਿਊ ਫਾਜ਼ਿਲਕਾ। ਅੱਛਾ, ਕੀ ਗੱਲ ਹੋਈ ਸਵੇਰੇ ਅੱਜ ਵਾਰਤਾ ਦੇ ਇੱਥੇ? ਸਵੇਰੇ ਕੀ ਅਰਲੀ ਮਾਰਨਿੰਗ ਜਿਵੇਂ ਸਵੇਰੇ ਗੇਟ ਖੋਲਿਆ ਤਾਂ ਬਾਹਰ ਦੇਖਿਆ ਕਿ ਇਹਨਾਂ ਦਾ ਮਕਾਨ ਦਾ ਤਾਲਾ ਟੁੱਟਿਆ ਹੋਇਆ ਸੀਗਾ, ਅਤੇ ਇਹਨਾਂ ਨੂੰ ਫੋਨ 'ਤੇ ਸੂਚਿਤ ਕੀਤਾ, ਤਾਂ ਉਸ ਤੋਂ ਬਾਅਦ ਪੁਲਿਸ ਨੂੰ ਵੀ ਇਨਫੋਰਮ ਕਰਤਾ ਸੀ, ਔਰ ਮਕਾਨ ਜੋ ਓਨਰ ਸੀ ਉਹਨਾਂ ਨੂੰ ਬੁਲਾਇਆ ਸੀ, ਦੇਖਿਆ ਮਕਾਨ ਅੰਦਰ ਸਮਾਨ ਸਾਰਾ ਖਿਲਰਿਆ ਹੋਇਆ ਸੀ। ਅਤੇ ਜੇ ਓਨਰ ਸੀ ਉਹ ਘਰ ਗਏ ਸੀ ਆਪਦੇ? ਜੋ ਇੱਥੇ ਜੋ ਇਸ ਟਾਈਮ ਰਹਿ ਰਹੇ ਸੀ ਉਹ ਆਪਣੇ ਘਰ ਰਾਜਸਥਾਨ ਗਏ ਹੋਏ ਸੀਗੇ, ਜੋ ਇੱਥੇ ਲੋਕਲ ਫਾਜ਼ਿਲਕਾ ਕਰਕੇ ਜੋਬ ਕਰ ਰਹੇ ਸੀ। ਅਤੇ ਤੁਹਾਨੂੰ ਪਤਾ ਨਹੀਂ ਲੱਗਿਆ ਜਦੋਂ ਖੜਕਾ ਖੁੜਕਾ ਸਵੇਰੇ ਕਿੰਨੇ ਵਜੇ ਲਗਾ ਲਿਆ? ਮੈਂ 4:30 ਦੇਖਿਆ, ਪਰ ਉਸ ਟਾਈਮ ਬਾਈਕ ਦੀ ਇੱਕ ਆਵਾਜ਼ ਆਈ ਹੈ ਅਤੇ ਨਿਕਲ ਗਿਆ। ਅੱਛਾ, ਹਾਂਜੀ। ਅਤੇ ਸੀ ਸੀ ਟੀ ਫੁਟੇਜ ਸਾਰੀ ਫੁਟੇਜ ਆ ਗਈ ਜਿਹੜੀ ਵੀ ਇਹਨਾਂ ਦੀ ਹੈ? ਸੀ ਸੀ ਟੀ ਵੀ ਰੋਡ 'ਤੇ ਫੋਟੋ ਚੈੱਕ ਕਰੀ ਹੈ, ਪਰ ਉਹ ਦਿਖ ਰਿਹਾ ਕਈ ਜਗ੍ਹਾ 'ਤੇ। ਅਤੇ ਸੂਚਨਾ ਦੇ ਦੀ ਕੀਤੀ ਪੁਲਿਸ ਨੂੰ? ਹਾਂ, ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ, ਜੋ ਵੀ ਉਹਨੂੰ ਐਪਲੀਕੇਸ਼ਨ ਦੇਣਾ ਸੀ ਉਹ ਕਰਵਾਏ। ਸਵੇਰੇ ਆਏ ਸੀ ASI ਬਲਕਾਰ ਬਲਕਾਰ ਸਿੰਘ, ਉਹ ਬਿਆਨ ਲੈ ਕੇ ਚਲੇ ਗਏ। ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹੀ, ਚੋਰੀਆਂ ਦਾ ਜਿਹੜੀ ਰਾਤ ਨੂੰ ਗਸ਼ਤ ਵਗੈਰਾ ਵਧਾਈ ਜਾਵੇ, ਅੱਗੇ ਤੋਂ ਇਹੋ ਜਿਹੀਆਂ ਘਟਨਾਵਾਂ ਨਾ ਹੋਣ। ਤੁਹਾਡਾ ਬਿਲਕੁਲ ਗੁਆਂਢ ਲੱਗਦਾ ਹੈ? ਹਾਂ, ਪੁਲਿਸ ਸੀ ਆਪਣੇ।